बिस्मिल्लाहिर्रहमानिर्रहीम। अस्सलाम वालेकुम, क्या हाल चाल है? सब ठीक है? तो अल्लाह शुक्र से हम भी ठीक है। अल्लाह पाक आप लोगों को हमेशा खुश रखे, हंसते रहो, वसते रहो, तो फुला तेरा खिलते रहो, गुलाबा तेरा महकते रहो, तो जिते रहो सदा हंसते रहो, वसते रहो, खुश रहो, आबाद रहो। तो जी अज असी बनाने लगे हैं सेवियाँ, जिमें कि अज माशाल्लाह 11वीं सी, असी आखिया चलो सेवियाँ बना लें। तो जिहड़ा मेरा भैन भाई देश परदेस बैठे हुए ने, मेरी वीडियो वेखदे ने, अल्लाह पाक उन्हां नूं हमेशा खुश रखे, उन्हां दे घर विच तंदरुस्तियां अता फरमावे, आमीन सुमामीन। तो जी अज दी तुसीं वेख लो माशाल्लाह ਹਾਂਜੀ, ਅੱਜ 11ਵੀਂ ਅਸੀਂ ਫਿਰ 11ਵਿਆਂ ਦੇ ਦੁੱਧ ਵੰਡਣਾ ਹੁੰਦਾ, ਫਿਰ ਬੱਚੇ ਵੀ ਔਰਤਾਂ ਵੀ ਸਾਰੀਆਂ ਹੁੰਦੀਆਂ, ਔਰਤਾਂ ਨੂੰ ਫਿਰ ਬੰਦਾ ਨਹੀਂ ਲਿਆ ਸਕਦਾ, ਬੱਚਿਆਂ ਨੂੰ ਮੈਂ ਚਲੋ ਦਿਖਾ ਦਿੰਦੇ ਹਾਂ। ਹਾਂਜੀ, ਅਸਲਾਮ ਵਾਲੇਕੁਮ, ਕਿਆ ਹਾਲ ਚਾਲ ਹੈ? ਸਿਰ ਠੀਕ ਹੈ? ਤੋ ਅਲੱਗ ਸ਼ੁਕਰ ਸੇ ਅੰਮੀ ਠੀਕ ਹੈ। ਅੱਲਾ ਪਾਕ ਆਪ ਲੋਕੋ ਕੋ ਹਮੇਸ਼ਾ ਖੁਸ਼ ਰੱਖੇ, ਹੱਸਦੇ ਰਹੋ, ਹੱਸਦੇ ਰਹੋ, ਅਤੇ ਫੁੱਲਾਂ ਤੇਰਾ ਖਿਲਦੇ ਰਹੋ, ਅਤੇ ਗੁਲਾਬਾਂ ਤੇਰਾ ਮਹਿਕਦੇ ਰਹੋ। ਅਤੇ ਜਿਹੜੇ ਮੇਰੇ ਭੈਣ ਭਾਈ ਦੇਸ਼ ਪ੍ਰਦੇਸ਼ ਬੈਠੇ ਨੇ, ਅੱਲਾ ਤਾਲਾ ਉਹਨਾਂ ਨੂੰ ਹਮੇਸ਼ਾ ਖੁਸ਼ੀਆਂ ਦੇਵੇ। ਅਤੇ ਆਏ ਦੇਖ ਲਓ ਮਾਸ਼ਾਅੱਲਾ, ਅਸੀਂ ਅੱਜ ਹਾਂ ਬਣਾਉਣ ਲੱਗੇ ਸੇਵੀਆਂ, ਜਿਵੇਂ ਕਿ ਪਾਣੀ ਪਾ ਉੱਤੇ ਧਰ ਦਿੱਤਾ, ਹੁਣ ਇਹ ਗਰਮ ਹੋਵੇਗਾ, ਉਬਲੇਗਾ, ਅਤੇ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਸੇਵੀਆਂ। ਸੇਵੀਆਂ ਉਬਲ ਸਿਆ ਮਣੀ ਕਿੱਥੇ ਗਏ ਸੀ? ਹਾਂਜੀ, ਤੇ ਮਾਸ਼ਾਅੱਲਾ ਜੀ ਆਪਣਾ ਪਾਣੀ ਉਬਲ ਗਿਆ, ਤੇ ਹੁਣ ਆਪਾਂ ਵਿੱਚ ਸੇਵੀਆਂ ਪਾਉਂਦੇ ਹਾਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਐਂ ਕਰ ਸੋਹਣੀ, ਇਤਰਾ ਤੁਸੀਂ ਜੀ ਨਾਲ ਸੇਵੀਆਂ ਪਾ ਰਹੀ ਹੈ, ਹਸਨ ਵੀ ਆ ਰਿਹਾ ਪੰਗੇ ਪਾਉਣ। ਆ ਵੇਖ ਪਿਲ ਕੇ ਮੈਂ ਆਪਦੀ ਦੀਨ ਦੇਖ, ਪਰ ਆਓ ਚਲੋ ਲੈ ਜੀ, ਹੁਣ ਇਹ ਉਬਲੇਗੀ, ਅਤੇ ਆਪਾਂ ਫਿਰ ਇਹਨੂੰ ਜਿਸ ਡਰੇਜ ਜਾਣ ਦਿਓ, ਇਹਨਾਂ ਨੂੰ ਮੰਗਾ ਕੇ ਦੁੱਧ ਪਾ ਦਿਆ। ਹਾਂਜੀ, ਅਤੇ ਉਬਲਦੀਆਂ ਪਈਆਂ ਨੇ, ਅਤੇ ਫਿਰ ਆਪਾਂ ਜੀ ਇਹਨਾਂ ਨੂੰ ਮੁਦਾ ਲਈ ਸਾਂ। ਹਸਨ ਵੇਖੋ ਜੀ ਰੋਸ ਕੇ ਬੈਠਾ ਹੋਇਆ, ਨਾ ਦੀਆ ਤੁਹਾਨੂੰ ਬੜੀ ਘਾਵੇ ਹੋਵੇ, ਐਡੇ ਕਰੀ ਅਜੇ ਦੁੱਧ ਚੋਂਦਾ ਪਿਆ, ਦੁੱਧ ਚੋ ਕੇ ਆਉਂਦਾ, ਫਿਰ ਤੁਹਾਨੂੰ ਦੁੱਧ ਦਿੰਦੀ। ਚਲੋ ਠੀਕ ਹੈ, ਮਾਨੀ
ਪਾਣੀ ਤਾਂ ਕੀ ਗੁੰਨਾ ਏ, ਪਾ ਦੇਣੀ। ਹਾਂਜੀ, ਤੇ ਸੇਵੀਆਂ ਆਪਣੀਆਂ ਦੇਖੋ ਮਾਸ਼ਾਅੱਲਾ ਜੀ ਹੋਈਆਂ ਖੜੀਆਂ ਨੇ। ਹੁਣ ਆਪਾਂ ਇਹਨਾਂ ਨੂੰ ਬੁਦਾਨੇ ਆ ਤੇ ਇਹਨਾਂ ਦੇ ਵਿੱਚ ਫਿਰ ਦੁੱਧ ਪਾਵਾਂਗੇ ਜੀ। ਸੇਵੀਆਂ ਵਿੱਚ ਦੁੱਧ ਪਾਏ, ਪਹਿਲੇ ਸੇਵੀਆਂ ਨੂੰ ਵਿੱਚ ਪਾਣੀ ਨਾ ਮੁਟਾਓ, ਸੇਵੀਆਂ ਨਹੀਂ ਸਹੀ ਬਣਦੀਆਂ। ਹੁਣ ਆਪਾਂ ਇਹਨਾਂ ਦੁੱਧ ਵਿੱਚ ਪਕਸਾਂ ਖਾ ਕੇ। ਨਹੀਂ ਤਾਂ ਬੜੀਆਂ ਦੀ ਮੈਂ ਆਪ ਜਾ ਉਮਰਾਂ ਦੇ ਚਾਵਲ ਚਾਰ ਸਾਦਿਆਂ ਨੇ ਮੈਂ ਗਈ ਫੈਸਲਾ ਬਸ ਉਦਾਂ ਚੱਲ ਬਸ।